ਦੇਖਿਆ ਕਿ ਦਰਵਾਜ਼ਾ ਟੁੱਟਿਆ ਸੀਗਾ ਅਗਲਾ, ਅਤੇ ਫਿਰ ਆਪਣਾ ਮੰਦਰ ਦੇਖਿਆ ਸਾਰੇ ਪਾਸੇ ਖਲਾਰਾ ਖਲਾਰਾ ਪਿਆ ਸੀਗਾ, ਅਤੇ ਮੰਦਰ 'ਚ ਦੇਖਿਆ ਜਿਹੜੇ 50 ਜਾਂ 100 ਦੇ ਨੋਟ ਸੀਗੇ ਉਹ ਸਾਰੇ ਉਹਨਾਂ ਨੇ ਚੋਰੀ ਕਰ ਲਏ ਸੀ। ਗੜਬੂ 'ਚ ਛੋਟੇ ਛੋਟੇ ਤੋਂ ਪੈਸੇ ਸਾਡੀ ਗੋਲਕ ਤੋੜਤੀ। ਅਸੀਂ ਮੁਹਾਲੀ ਰਹਿੰਦੇ ਸੀ, ਆਪਣੇ ਬੱਚਿਆਂ ਨਾਲ ਗਏ ਸੀ, ਇਸ ਕਰਕੇ ਸਾਰਾ ਕੁਛ ਲੈ ਗਏ। ਪੰਜਾਬ ਦੇ ਵਿੱਚ ਨਿਤ ਦਿਨ ਲੁੱਟਖੋ ਅਤੇ ਚੋਰੀ ਦੀਆਂ ਵਾਰਦਾਤਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਇਹਨਾਂ ਚੋਰਾਂ ਦੇ ਵੱਲੋਂ ਨਵੇਂ ਨਵੇਂ ਤਰੀਕੇ ਅਪਣਾਏ ਜਾਂਦੇ ਨੇ, ਪਰ ਇੱਕ ਅਜਿਹੀ ਚੋਰੀ ਦੀ ਵਾਰਦਾਤ ਨਿਕਲ ਕੇ ਸਾਹਮਣੇ ਆਈ ਜਿਸ ਜਿਸਨੇ ਉਹ CCTV ਨੂੰ ਦੇਖਿਆ ਉਹ ਹੈਰਾਨ ਰਹਿ ਗਿਆ ਕਿ ਚੋਰਾਂ ਨੇ ਚੋਰੀ ਕਰਨ ਦੇ ਲਈ ਇੱਕ ਅਜਿਹੀ ਚੀਜ਼ ਦੀ ਆੜ ਲਈ ਜਿਸ ਦੇ ਬਾਰੇ ਦੇ ਵਿੱਚ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਪਹਿਲਾਂ ਚੋਰਾਂ ਨੇ ਘਰ ਦੇ ਵਿੱਚ ਦਾਖਿਲ ਹੋ ਕੇ ਕੈਮਰੇ ਘੁਮਾ ਦਿੱਤੇ ਅਤੇ ਫਿਰ ਉਸ ਵਸਤੂ ਦੀ ਆੜ ਦੇ ਵਿੱਚ 25 ਤੋਲੇ ਦੇ ਕਰੀਬ ਸੋਨਾ ਅਤੇ ਨਗਦੀ ਲੈ ਕੇ ਫਰਾਰ ਹੋ ਗਏ। ਹੁਸ਼ਿਆਰਪੁਰ ਦੇ ਦਸੂਆ ਦੇ ਪਿੰਡ ਸ਼ੇਰਕ ਦੇ ਵਿੱਚ ਇੱਕ ਅਜਿਹੀ ਚੋਰੀ ਦੇਖਣ ਨੂੰ ਮਿਲੀ ਜਿਸਨੇ ਪੁਲਿਸ ਦੇ ਤਾਂ ਹੋਸ਼ ਉਡਾਏ ਬਲਕਿ ਪਿੰਡ ਵਾਸੀ ਵੀ ਹੈਰਾਨ ਰਹਿ ਗਏ। ਦਰਅਸਲ ਚੋਰਾਂ ਨੇ ਚੋਰੀ ਕਰਨ ਦੇ ਲਈ ਇੱਕ ਗੱਦੇ ਦਾ ਸਹਾਰਾ ਲਿਆ। ਜੀ ਹਾਂ, ਉਹੀ ਗੱਦਾ ਜਿਸ ਤੇ ਅਸੀਂ ਅਕਸਰ ਰਾਤ ਨੂੰ ਸੌਂਦੇ ਹਾਂ। ਚੋਰਾਂ ਦੇ ਵੱਲੋਂ ਉਸ ਗੱਦੇ ਦਾ ਸਹਾਰਾ ਲੈ ਕੇ 25 ਤੋਲੇ ਸੋਨਾ, 10,000 ਰੁਪਏ ਨਗਦੀ ਉਡਾ ਲਈ ਗਈ। ਦੱਸ ਦਈਏ ਕਿ CCTV ਦੇ ਵਿੱਚ ਇਹ ਤਸਵੀਰਾਂ ਕੈਦ ਹੋ ਗਈਆਂ। CCTV ਦੇ ਵਿੱਚ ਵਿਹੜੇ ਦੇ ਵਿੱਚ ਘੁੰਮਦਾ ਹੋਇਆ ਇੱਕ ਗੱਦਾ ਨਜ਼ਰ ਆਇਆ, ਤਾਂ ਬਾਅਦ ਵਿੱਚ ਸਾਰਿਆਂ ਨੂੰ ਅਹਿਸਾਸ ਹੋਇਆ ਕਿ ਇਸ ਗੱਦੇ ਦੀ ਆੜ ਦੇ ਵਿੱਚ ਹੀ ਚੋਰੀ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਸੌਰਵ ਤੇ ਉਸਦੀ ਮਾਤਾ ਨੇ ਕਿਹਾ ਕਿ ਸੌਰਵ ਦੇ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਨੇ, ਸੌਰਵ ਅਤੇ ਉਸਦਾ ਭਰਾ ਮੋਹਾਲੀ ਦੇ ਵਿੱਚ ਕੰਮ ਕਰਦੇ ਨੇ ਅਤੇ ਉਹਨਾਂ ਦੀ ਮਾਂ ਮੋਹਾਲੀ ਦੇ ਵਿੱਚ ਹੀ ਉਹਨਾਂ ਦੇ ਨਾਲ ਰਹਿੰਦੀ ਹੈ। ਪਿੱਛੇ ਤੋਂ ਘਰ ਦੀ ਦੇਖਭਾਲ ਉਹਨਾਂ ਦੇ ਤਾਇਆ ਜੀ ਕਰਦੇ ਨੇ ਅਤੇ ਜਦੋਂ ਤਾਇਆ ਜੀ ਰਾਤ ਨੂੰ ਆਪਣੇ ਘਰ ਚਲੇ ਗਏ ਤਾਂ ਪਿੱਛੇ ਤੋਂ ਚੋਰਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਦੀ ਸੂਚਨਾ ਉਸਦੇ ਤਾਇਆ ਜੀ ਨੇ ਮੋਬਾਈਲ ਫੋਨ ਦੇ ਜ਼ਰੀਏ ਉਹਨਾਂ ਨੂੰ ਦਿੱਤੀ। ਸਾਨੂੰ ਸਵੇਰੇ 7 ਵਜੇ ਫੋਨ ਆਇਆ ਸੀਗਾ ਤਾਇਆ ਜੀ ਦਾ, ਆਪਾਂ ਉਦੋਂ ਆਏ ਹਾਂ ਅਤੇ ਫਿਰ ਦੇਖਿਆ ਸਿੱਧਾ ਥਾਣੇ ਗਏ, ਥਾਣੇ ਦੱਸਿਆ ਕਿ ਤਾਇਆ ਜੀ ਨੇ ਕਿਹਾ ਕਿ ਕੰਪਲੇਂਟ ਲਿਖਾਓ, ਫਿਰ ਆਏ ਹੁਣ ਘਰ ਆਏ ਅਤੇ ਦੇਖਿਆ ਕਿ ਦਰਵਾਜ਼ਾ ਟੁੱਟਿਆ ਸੀਗਾ ਅਗਲਾ, ਅਤੇ ਫਿਰ ਆਪਣਾ ਮੰਦਰ ਦੇਖਿਆ ਸਾਰੇ ਪਾਸੇ ਖਲਾਰਾ ਖਲਾਰਾ ਪਿਆ ਸੀਗਾ, ਅਤੇ ਮੰਦਰ 'ਚ ਦੇਖਿਆ ਜਿਹੜੇ 50 ਜਾਂ 100 ਦੇ ਨੋਟ ਸੀਗੇ ਉਹ ਸਾਰੇ ਉਹਨਾਂ ਨੇ ਚੋਰੀ ਕਰ ਲਏ ਸੀ। ਗੜਬੂ 'ਚ ਛੋਟੇ ਛੋਟੇ ਤੋਂ ਪੈਸੇ ਸਾਡੀ ਗੋਲਕ ਤੋੜਤੀ, ਅਤੇ ਇੱਧਰ ਆਪਾਂ ਆਹ ਕਮਰੇ 'ਚ ਆਪਾਂ ਸੋਨਾ ਰੱਖਿਆ ਸੀਗਾ ਕੱਪੜੇ ਦੇ ਵਿੱਚ ਲੁਕਾ ਕੇ, ਉਹ ਉਹਨਾਂ ਨੇ ਚੋਰੀ ਕਰਕੇ ਉਹ ਲੈ ਗਏ ਹੈ। ਅਸੀਂ ਮੁਹਾਲੀ ਰਹਿੰਦੇ ਸੀ, ਆਪਣੇ ਬੱਚਿਆਂ ਨਾਲ ਗਏ ਸੀ, ਆਉਂਦੇ ਰਹਿੰਦੇ ਅਸੀਂ ਹਫ਼ਤੇ ਬਾਅਦ, ਹੁਣ ਮੇਰੇ ਹਸਬੈਂਡ ਆ ਗਏ ਤਾਂ ਹਫ਼ਤੇ ਬਾਅਦ ਹੀ ਗਏ, ਹਫ਼ਤਾ ਵੀ ਨਹੀਂ ਹੋਇਆ ਉਹਨਾਂ ਨੂੰ ਕੱਲ੍ਹ ਗਏ ਆ, ਤਾਂ ਰਾਤ ਸਾਨੂੰ ਹੁਣ ਸਵੇਰੇ ਮੇਰੇ ਜੇਠ ਜੀ ਇੱਥੇ ਸੌਂਦੇ ਆ, ਇੱਕ ਦਿਨ ਕਿਤੇ ਵਿੱਚ ਨਹੀਂ ਸੌਂਦੇ ਤਾਂ ਡੈਥ ਹੋਈ ਕਿਸੇ ਦੇ ਨਹੀਂ ਆ ਜਾ ਕੇ, ਇਸ ਕਰਕੇ ਸਾਰਾ ਕੁਛ ਲੈ ਗਿਆ। ਪੁਲਿਸ ਨੇ CCTV ਕੈਮਰੇ ਚੈੱਕ ਕਰ ਲਏ ਅਤੇ ਪੁਲਿਸ ਨੇ CCTV ਕੈਮਰਿਆਂ ਦੇ ਆਧਾਰ ਤੇ ਇਸ ਮਾਮਲੇ ਨੂੰ ਵੀ ਦਰਜ ਕਰ ਲਿਆ। ਜਾਣਕਾਰੀ ਦਿੰਦੇ ਹੋਏ ਦਸੂਆ ਦੀ ਪੁਲਿਸ ਨੇ ਕਿਹਾ ਕਿ ਇਲਾਕੇ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਦੇ ਨਾਲ ਲੋਕੀ ਡਰੇ ਹੋਏ ਨੇ, ਪਰ ਇਸ ਸੰਬੰਧੀ ਅਸੀਂ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿ ਪਿੰਡ ਸ਼ੈਰਕ ਦੇ ਵਿੱਚ ਬੀਤੀ ਰਾਤ ਸੌਰਵ ਨਾਮ ਦਾ ਵਿਅਕਤੀ ਹੈ ਜਿਹੜਾ ਮੋਹਾਲੀ ਦੇ ਵਿੱਚ ਪ੍ਰਾਈਵੇਟ ਫੈਕਟਰੀ 'ਚ ਨੌਕਰੀ ਕਰਦਾ ਜੀ, ਉਹਨਾਂ ਦੇ ਘਰ ਦੇ ਵਿੱਚ ਕੋਈ ਚੋਰੀ ਹੋ ਗਈ ਆ, ਜਿੱਥੇ ਸਾਡੀ ਪੁਲਿਸ ਪਾਰਟੀ ਦੇ ਮੌਕੇ 'ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਉਹਨਾਂ ਵੱਲੋਂ ਜੋ ਸਟੇਟਮੈਂਟ ਦਿੱਤੀ ਗਈ ਆ ਉਹਦੇ ਮੁਤਾਬਕ ਜੋ ਬਣਦੀ ਕਾਰਵਾਈ ਆ ਉਹ ਅਸੀਂ ਕਰ ਰਹੇ ਹਾਂ। CCTV ਕੈਮਰੇ ਅਸੀਂ ਦੇਖੇ ਆ ਜਿੱਥੇ ਚੋਰਾਂ ਵੱਲੋਂ ਆਪਣੇ ਮੂੰਹ ਢੱਕੇ ਹੋਏ ਹਨ, ਫਿਰ ਵੀ ਹੋਰ ਆਂਢ ਗੁਆਂਢ ਜਾਂ ਪਿੰਡ ਦੇ ਜਿਹੜੇ ਰਸਤੇ ਉਸ ਕੋਠੀ ਨੂੰ ਆਉਂਦੇ ਆ, ਅਸੀਂ ਉਹ ਸਾਰੇ CCTV ਕੈਮਰੇ ਚੈੱਕ ਕਰ ਰਹੇ ਹਾਂ। ਜਲਦੀ ਜਿਹੜਾ ਅਸੀਂ ਚੋਰਾਂ ਨੂੰ ਫੜ ਕੇ ਸਾਖਾ ਪਿੱਛੇ ਢੱਕਾਂਗੇ। ਚੋਰੀ ਦੀ ਇਸ ਘਟਨਾ ਨਾਲ ਜਿੱਥੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਉੱਥੇ ਹੀ ਪੁਲਿਸ ਚੋਰਾਂ ਨੂੰ ਫੜਨ ਦੇ ਵਿੱਚ ਲੱਗੀ ਹੋਈ ਹੈ। ਹੁਸ਼ਿਆਰਪੁਰ ਤੋਂ ਪੱਤਰਕਾਰ ਅਮਰੀਕ ਕੁਮਾਰ ਦੀ ਰਿਪੋਰਟ, ਹਮਦਰਦ TV।